ਸ਼ਾਹਕੋਟ ਤਹਿਸੀਲ ਦੇ ਪਿੰਡ ਬਿੱਲੀ ਚਾਓ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਬੱਸ ਅੱਡੇ ਦੇ ਮੂਹਰੇ ਪਿੰਡ ਦੀ ਪੰਚਾਇਤ ਵੱਲੋਂ ਡੇਰਿਆਂ ਦਾ ਸੀਵਰੇਜ ਪਾਉਣ ਵਾਸਤੇ ਵੱਡੇ ਵੱਡੇ ਖੱਡੇ ਪੁੱਟੇ ਗਏ ਨੇ, ਜੋ ਪਿਛਲੇ 15-20 ਦਿਨਾਂ ਤੋਂ ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ। ਅਤੇ ਇਹਨਾਂ ਖੱਡਿਆਂ ਵਿੱਚ ਨਾ ਤਾਂ ਸੀਵਰੇਜ ਦੇ ਪਾਈਪ ਪਾਏ ਜਾ ਰਹੇ ਨੇ ਅਤੇ ਨਾ ਹੀ ਇਹਨਾਂ ਖੱਡਿਆਂ ਨੂੰ ਪੂਰਿਆ ਜਾ ਰਿਹਾ। ਅਤੇ ਇਹ ਵੀ ਪਤਾ ਨਹੀਂ ਕਿ ਇਸ ਸਕੂਲ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ। ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦਾ ਕੋਈ ਵੀ ਬੱਚਾ ਇਸ ਸਕੂਲ ਵਿੱਚ ਨਹੀਂ ਪੜ੍ਹਦਾ। ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਦੇ ਨੇੜੇ ਇੱਕ ਛੱਪੜ ਬਣਾ ਕੇ ਡੇਰਿਆਂ ਦਾ ਸੀਵਰੇਜ ਦਾ ਪਾਣੀ ਉਸ ਛੱਪੜ ਵਿੱਚ ਪਾਇਆ ਜਾ ਰਿਹਾ, ਜੋ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦੇਵੇਗਾ। ਅਤੇ ਉਹਨਾਂ ਇਹ ਵੀ ਦੱਸਿਆ ਕਿ ਖੱਡੇ ਪੁੱਟਣ ਤੋਂ 2 ਦਿਨ ਬਾਅਦ ਮੰਗਾ ਨਾਮ ਦਾ ਵਿਅਕਤੀ ਅਚਾਨਕ ਇਸ ਖੱਡੇ ਵਿੱਚ ਜਾ ਡਿੱਗਾ ਅਤੇ ਉਹ ਬੜੀ ਮੁਸ਼ਕਿਲ ਨਾਲ ਖੱਡੇ ਵਿੱਚੋਂ ਬਾਹਰ ਨਿਕਲਿਆ। ਅਤੇ ਉਹਨਾਂ ਇਹ ਵੀ ਦੱਸਿਆ ਕਿ ਅਸੀਂ DC ਸਾਹਿਬ, SDM ਸਾਹਿਬ, BDPO ਸਾਹਿਬ ਨੂੰ ਲਿਖਤੀ ਰੂਪ ਵਿੱਚ ਦਰਖਾਸਤ ਵੀ ਦੇ ਚੁੱਕੇ ਹਾਂ, ਪਰ ਅਜੇ ਤੱਕ ਵੀ ਇਸ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ। ਦੂਜੇ ਪਾਸੇ ਪਿੰਡ ਦੇ ਸਰਪੰਚ ਨਾਲ ਸੰਪਰਕ ਨਹੀਂ ਹੋ ਸਕਿਆ। ਹਾਂਜੀ ਵੀਰ ਜੀ, ਸਾਡਾ ਪਿੰਡ ਬਿੱਲੀ ਚਾਓ, ਸਾਡੀ ਪੰਚਾਇਤ ਦੀ ਇੱਕ ਇਹੋ ਜਿਹੀ ਹਰਕਤ ਆ ਜਿਹੜੀ ਕਿ ਇੱਕ ਸੀਵਰੇਜ ਡੇਰਿਆਂ ਦਾ ਪਾ ਰਿਹਾ ਸੀ, ਇਹਨੂੰ ਵਿਕਾਸ ਕਹਿ ਕੇ ਦਾ ਨਾਂ ਦੇ ਕੇ, ਜੋ ਕਿ ਅਸੀਂ ਉਸ ਚੀਜ਼ ਨੂੰ ਡੇਰਿਆਂ ਨੇ ਇੱਕ ਨੋਮੀਨੇਟ ਕਰਨ ਵਾਸਤੇ ਵੀ ਛੱਪੜ ਪੁਰਾਣੇ ਦੇ ਵਿੱਚ ਇਹ ਸਾਡਾ ਸੀਵਰੇਜ ਪਾਇਆ ਜਾਵੇ, ਐਂ DC ਨੂੰ, SDM ਸਾਹਿਬ ਨੂੰ, DDPO ਨੂੰ ਅਤੇ BDO ਸਾਹਿਬ ਨੂੰ ਇੱਕ ਲਿਖਤੀ ਐਪਲੀਕੇਸ਼ਨ ਦਿੱਤੀ ਸੀ, ਜਿਹੜਾ ਕਰਕੇ ਵੀ ਸਾਡਾ ਸੀਵਰੇਜ ਪਹਿਲਾਂ ਚੱਲਦਾ ਪਿੰਡ ਦਾ ਉਹਦੇ ਨਾਲ ਜੋੜ ਕੇ ਅਤੇ ਸਾਡਾ ਇਹ ਵੀ ਡੇਰਿਆਂ ਦਾ ਪਾਣੀ ਜਿਹੜਾ ਉਹ ਛੱਪੜ 'ਚ ਪਾਇਆ। ਉਹ ਚੀਜ਼ਾਂ ਦਾ ਮੰਦੇ ਨਜ਼ਰ ਰੱਖ ਕੇ ਸਾਡੀ ਜਿਹੜੀ ਪੰਚਾਇਤ ਮੌਕਾ ਦੀ ਆ, ਸਰਪੰਚ ਗੁਰਨਾਮ ਸਿੰਘ ਔਰ ਉਹਦੇ ਨਾਲ ਜਿਹੜੇ ਮੈਂਬਰ ਆ, ਉਹਨਾਂ ਨੇ ਇੱਕ ਸੀਵਰੇਜ ਦਾ ਟੋਆ ਪੱਟ ਕੇ ਅੱਡੇ ਦੇ ਉੱਤੇ ਛੱਡ ਦਿੱਤਾ ਗਿਆ। ਉਹਦੇ ਵਿੱਚ ਕਿਸੇ ਵੇਲੇ ਵੀ ਕੋਈ ਵੀ ਹੈਪਨ ਇਹੋ ਜਿਹਾ ਹੋ ਸਕਦਾ ਜਿਹੜਾ ਕਿ ਕੋਈ ਬੱਚਾ ਜਾਂ ਕੋਈ ਰਾਹਗੀਰ ਜਾਂ ਕੋਈ ਗੱਡੀ ਉਹਦੇ ਵਿੱਚ ਡਿੱਗ ਸਕਦੀ ਹੈ। ਇਸ ਕਰਕੇ ਅਸੀਂ ਬਹੁਤ ਇਸ ਚੀਜ਼ ਤੋਂ ਦੁਖੀ ਹਾਂ। ਇਹਨੂੰ ਇਹਦਾ ਹੱਲ ਕਰਨ ਵਾਸਤੇ ਜੋ ਵੀ ਆ ਪ੍ਰਸ਼ਾਸਨ ਨੂੰ ਕਦਮ ਚੁੱਕਣੇ ਚਾਹੀਦੇ ਆ ਅਤੇ ਇਹਦਾ ਨੋਟਿਸ ਲੈ ਕੇ ਇਹ 'ਤੇ ਬਣਦਾ ਜੋ ਵੀ ਆ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਅਤੇ ਨਾਲੇ ਇਹਨੂੰ ਬੰਦ ਕਰਾਉਣਾ ਚਾਹੀਦਾ। ਇਸ ਕਰਕੇ ਇਹਨਾਂ ਬਹੁਤ ਗੱਲਾਂ ਦਾ ਧਿਆਨ ਰੱਖਦੇ ਹੋਏ ਜਿਹੜਾ ਕਿ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਸਾਨੂੰ ਕੋਈ ਹੈਪਨ ਹੋਣ ਤੋਂ ਬਚਾ ਹੋ ਜਾਏ, ਜਾਂ ਲਾਗੇ ਸਕੂਲ ਆ, ਸਕੂਲ ਦੇ ਬੱਚੇ ਵੀ ਡਿੱਗ ਸਕਦੇ ਆ। ਇੱਕ ਅੱਡਾ ਆ ਮੇਨ, ਕਿੰਨੇ ਦਿਨ ਹੋ ਗਏ ਇਹਨੂੰ? ਇਹਨੂੰ ਤਕਰੀਬਨ 15 ਦਿਨ ਹੋ ਗਏ ਆ ਅਤੇ ਇਹਦੇ ਵਿੱਚ ਇੱਕ ਦਿਨ ਕੀ ਹੋਇਆ, ਸਵੇਰੇ ਸਵੇਰੇ ਸਾਡੇ ਪਿੰਡ ਦਾ ਹੀ ਮੰਗਾ ਆ ਉਹ ਇਹਦੇ 'ਚ ਅਚਾਨਕ ਹੀ ਪੈ ਗਿਆ। ਉਹਨੂੰ ਅਸੀਂ ਜਿੱਦਾਂ ਕਹਿੰਦੇ ਵੀ ਉਸ ਟਾਈਮ 'ਤੇ ਉਹ ਕਿਤੇ ਚੀਕਾ ਚੂਕਾ ਮਾਰਦਾ ਰਿਹਾ, ਕਿਸੇ ਨੇ ਆਵਾਜ਼ ਨਹੀਂ ਦਿੱਤੀ ਅਤੇ ਉਹ ਮਿੱਟੀ ਮੁੱਟੀ ਥੱਲਿਓਂ ਪਾਉਂ ਕੇ ਨਿਕਲ ਗਿਆ ਅਤੇ ਉਸ ਤੋਂ ਬਾਅਦ 2 ਘੰਟਿਆਂ ਬਾਅਦ ਆਇਆ ਅਤੇ ਇੱਥੇ ਆ ਕੇ ਰੋਣ ਲੱਗਾ ਵੀ ਮੇਰੇ ਕੰਬਲ ਅਤੇ ਮੇਰੇ ਜੁੱਤੀ ਵਿੱਚ ਪਈ ਆ, ਜਿਹੜੀ ਕਿ ਅਸੀਂ ਪੌੜੀ ਲਾ ਕੇ ਉਹਨੂੰ ਕੱਢ ਕੇ ਫੜਾਈ ਤਾਂ ਉਹਦਾ ਬਚਾਅ ਹੋਇਆ। ਇਸ ਕਰਕੇ ਅਸੀਂ ਤਾਂ ਇਹ ਅਪੀਲ ਕਰਦੇ ਹਾਂ। ਕਿੰਨੇ ਕੁ ਫੁੱਟ ਡੂੰਘੀ ਹੈ ਇਹ? ਘੱਟ ਤੋਂ ਘੱਟ ਵੀ 7 ਤੋਂ 8-10 ਫੁੱਟ ਤੱਕ ਵੀ ਹੋ ਸਕਦੀ ਆ। ਇਹ ਤਾਂ ਜਿੱਦਾਂ ਕਹਿੰਦੇ ਵੀ ਸਾਹਮਣੇ ਖੱਡਾ ਦਿੰਦਾ ਵੀ ਇੰਨਾ ਡੂੰਘਾ ਆ ਜਿਹੜਾ ਕਿ ਹੱਦ ਤੋਂ ਪਰੇ ਆ ਅਤੇ ਬਿਲਕੁਲ ਨਜਾਇਜ਼ ਢੰਗ ਨਾਲ ਪੱਟਿਆ ਹਾ ਪੰਚਾਇਤ ਨੇ। ਔਰ ਕਿਉਂਕਿ BDO ਸਾਹਿਬ ਵੀ ਇਹਨਾਂ ਨੂੰ ਹਦਾਇਤ ਕਰ ਚੁੱਕਾ ਵੀ ਤੁਸੀਂ ਗਲਤ ਕੰਮ ਕਰਦੇ ਹਾਂ ਅਤੇ ਤਾਂ ਵੀ ਇਸ ਚੀਜ਼ ਨੂੰ ਇਹਨਾਂ ਨੇ ਅਣਗੌਲਾ ਕੀਤਾ ਹਾ ਵੀ ਇਸ ਕਰਕੇ ਅਸੀਂ ਵੀ ਇਹ ਕੰਮ ਕਰਨਾ ਹੀ ਕਰਨਾ। ਇਸ ਕਰਕੇ ਇਹਦੀ ਜੋ ਵੀ ਬਣਦੀ ਕਾਰਵਾਈ ਜਾਂ ਇਹਦਾ ਜੋ ਵੀ ਬਣਦਾ ਆ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ। ਅਸੀਂ ਤਾਂ ਇਹੀ ਮੁੜ ਅਪੀਲ ਕਰਦੇ ਹਾਂ।
ਸ਼ਾਹਕੋਟ ਤੋਂ ਲਖਬੀਰ ਸਾਬੀ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।